ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਦੇ ਵਿੱਚ, ਜਿਹਦਾ ਨਾਂ ਹੈ, ਨਾਂ ਸੇਮ ਹੈ ਜੀ, ਅਸੀਂ ਬਦਲਦੇ ਹੀ ਨਹੀਂ, ਪੰਜਾਬੀ ਇਜ਼ ਦਿਸ ਵੀਕ। ਦੋਸਤੋ, ਅੱਜ ਦੇ ਐਪੀਸੋਡ ਦੇ ਵਿੱਚ ਹੋਣਗੀਆਂ ਵਰਲਡ ਵਾਈਡ ਬਸੇ ਖਾਸ ਪੰਜਾਬੀਆਂ ਦੀਆਂ ਖਾਸ ਅਪਡੇਟਸ। ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਕਸੌਲੀ ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ 'ਚ, ਹੈ ਨਾ ਕਮਾਲ ਵਾਲੀ ਗੱਲ। ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਗੋਲਡਨ ਸਟਾਰ ਮਲਕੀਤ ਸਿੰਘ ਜੀ ਦੇ ਅਪਕਮਿੰਗ ਸੌਂਗ ਭੁੱਲਦੇ ਜਾਂਦੇ ਵਿਰਸਾ ਪੰਜਾਬ ਦਾ ਦੇ ਔਨ ਲੋਕੇਸ਼ਨ ਸ਼ੂਟ 'ਤੇ। ਉੱਥੇ ਕਰਾਂਗੇ ਥੋੜ੍ਹੀ ਜਿਹੀ ਫਨ ਮਸਤੀ ਅਤੇ ਥੋੜ੍ਹੀ ਜਿਹੀ ਗੱਲਬਾਤ। ਉਸ ਤੋਂ ਬਾਅਦ ਮੈਂ ਕਰਾਵਾਂਗੀ ਖਾਸ ਮੁਲਾਕਾਤ ਅੱਜ ਦੇ ਸਪੈਸ਼ਲ ਗੈਸਟ ਪੰਮੀ ਬਾਈ ਜੀ ਦੇ ਨਾਲ। ਉਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਮਿਸਿਸ ਅਰਥ, ਇੱਕ ਸਪੈਸ਼ਲ ਕੰਪੀਟੀਸ਼ਨ ਹੈ ਜੀ, ਬਿਲਕੁਲ ਮਿਸਿਸ ਅਰਥ ਦੇ ਸਪੈਸ਼ਲ ਕੰਪੀਟੀਸ਼ਨ 'ਚ। ਦੇਖੋ, ਅੱਜ ਬੜੀ ਜਗ੍ਹਾ 'ਤੇ ਅਸੀਂ ਜਾਣਾ, ਟਾਈਮ ਥੋੜ੍ਹਾ, ਜਲਦੀ ਜਲਦੀ ਸਟਾਰਟ ਕਰਦੇ। ਦੋਸਤੋ, ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਬ੍ਰਿਸਬੇਨ, ਜਿੱਥੇ ਬ੍ਰਿਸਬੇਨ ਦੀ ਸਾਧ ਸੰਗਤ ਨੇ ਧੂਮਧਾਮ ਨਾਲ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਵਨ ਦਿਹਾੜਾ ਮਨਾਇਆ। ਜੀ ਹਾਂ, ਇਸ ਮੌਕੇ 'ਤੇ ਇਕੱਠ ਤਾਂ ਵੇਖਣ ਵਾਲਾ ਸੀ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੇ ਸਹਿਯੋਗ ਕੀਤਾ ਅਤੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਦੋਸਤੋ, ਹੁਣ ਚੱਲਦੇ ਹਾਂ ਆਸਟ੍ਰੇਲੀਆ, ਜਿੱਥੇ ਇੱਕ ਖਾਸ ਗੱਲ ਸਾਡੇ ਸਾਹਮਣੇ ਆਈ ਹੈ। ਸਰਵੇ ਦੇ ਅਕੋਰਡਿੰਗ ਆਸਟ੍ਰੇਲੀਆ ਦੇ ਵਿੱਚ ਚੀਨੀਆਂ ਤੋਂ ਬਾਅਦ ਦੂਜੀ ਵੱਡੀ ਗਿਣਤੀ ਭਾਰਤੀਆਂ ਦੀ ਹੈ। ਬਿਲਕੁਲ ਜੀ, ਅਤੇ ਦੂਸਰੀ ਖਾਸ ਗੱਲ ਇਹ ਹੈ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੀ ਆਬਾਦੀ 'ਚ 74.1% ਦਾ ਵਾਧਾ ਹੋਇਆ ਹੈ, ਨਾ ਕਮਾਲ ਦੀ ਗੱਲ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਸਟ੍ਰੇਲੀਆ ਦੇ ਵਿੱਚ 10 ਭਾਸ਼ਾਵਾਂ ਜੋ ਬੋਲੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ 2 ਭਾਸ਼ਾਵਾਂ ਹਿੰਦੀ ਅਤੇ ਪੰਜਾਬੀ। ਜੀ ਹਾਂ, ਸਾਡੀਆਂ ਦੋਨੋਂ ਭਾਸ਼ਾਵਾਂ ਵੀ ਟੋਪ 10 ਲੈਂਗੁਏਜਿਸ ਦੇ ਵਿੱਚ ਐਡਿਡ ਨੇ, ਹੈ ਨਾ ਕਮਾਲ ਦੀ ਗੱਲ। ਪੰਜਾਬੀ ਜਿੱਥੇ ਜਾਂਦੇ ਨੇ ਨਾ, ਧੁੰਮਾ ਪਾ ਦਿੰਦੇ ਨੇ। ਦੋਸਤੋ, ਆਸਟ੍ਰੇਲੀਆ ਤੋਂ ਬਾਅਦ ਅਸੀਂ ਸਿੱਧਾ ਚੱਲਦੇ ਹਾਂ ਕੈਨੇਡਾ, ਜਿੱਥੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਨੌਰਥ ਅਮੈਰੀਕਾ ਕਲਚਰਲ ਫੈਸਟੀਵਲ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਫੈਸਟੀਵਲ ਦਾ ਉਦਘਾਟਨ ਕੀਤਾ ਆਰਟਸ ਕਾਊਂਸਲ ਦੇ ਚੇਅਰਪਰਸਨ ਸੁਰਜੀਤ ਪਾਤਰ ਜੀ ਨੇ। ਸੁਰਜੀਤ ਪਾਤਰ ਜੀ ਨੇ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬੀਆਂ ਦੀ ਖੂਬ ਤਾਰੀਫ ਕੀਤੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਨੇ ਸਿਰਫ ਕੈਨੇਡਾ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਹੀ ਯੋਗਦਾਨ ਨਹੀਂ ਪਾਇਆ, ਬਲਕਿ ਕੈਨੇਡਾ ਨੂੰ ਆਪਣੇ ਕਲਚਰ ਦੇ ਨਾਲ ਹੋਰ ਵੀ ਰੰਗੀਨ ਬਣਾਇਆ ਹੈ। ਨਾ ਵਾਕਿਆ, ਪੰਜਾਬੀ ਜਿੱਥੇ ਜਾਂਦੇ ਨੇ ਟੌਰ ਤਾਂ ਬਣਾਉਂਦੇ ਨੇ, ਪਰ ਸਾਰਿਆਂ ਨੂੰ ਰੰਗੀਨ ਵੀ ਬਣਾਉਂਦੇ ਨੇ। ਦੋਸਤੋ, ਹੁਣ ਗੱਲ ਕਰਦੇ ਹਾਂ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਦੀ। ਚਾਹੇ ਆਸਟ੍ਰੇਲੀਆ ਸੀਰੀਜ਼ ਦੇ ਵਿੱਚ ਸਿਲੈਕਟ ਨਹੀਂ ਹੋਏ, ਪਰ ਸੋਸ਼ਲ ਮੀਡੀਆ ਦੇ ਉੱਤੇ ਪੂਰੇ ਛਾਏ ਹੋਏ ਨੇ। ਹੁਣੇ ਹੁਣੇ ਉਹਨਾਂ ਨੇ ਫੇਸਬੁੱਕ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਬੜਾ ਹੀ ਵਧੀਆ ਮੈਸੇਜ ਦਿੱਤਾ। ਉਹ ਵੀਡੀਓ ਐਕਚੁਅਲੀ ਮੈਨੂੰ ਵੀ ਬੜੀ ਵਧੀਆ ਲੱਗੀ। ਉਹਨਾਂ ਨੇ ਦੀਵਾਲੀ ਦੇ ਉੱਤੇ ਸਾਰਿਆਂ ਨੂੰ ਬੈਸਟ ਵਿਸ਼ਿਸ ਤਾਂ ਦਿੱਤੀਆਂ, ਮੁਬਾਰਕਾਂ ਤਾਂ ਦਿੱਤੀਆਂ, ਪਰ ਸਾਰਿਆਂ ਨੂੰ ਇੱਕ ਮੈਸੇਜ ਦਿੱਤਾ ਕਿ ਪੋਲਿਊਸ਼ਨ ਨਾ ਕਰੋ, ਪਟਾਕੇ ਨਾ ਚਲਾਓ, ਦੀਵਾਲੀ ਨੂੰ ਦੀਵਿਆਂ ਦੇ ਨਾਲ ਮਨਾਓ। ਤੁਸੀਂ ਸਮਝ ਸਕਦੇ ਹੋ ਨਾ, ਉਹ ਸਾਡੇ ਇੰਡੀਆ ਦੇ ਲਈ, ਸਾਡੀ ਕੰਟਰੀ ਦੇ ਲਈ ਸੋਚ ਰਹੇ ਨੇ। ਬਹੁਤ ਹੀ ਸੋਹਣਾ ਮੈਸੇਜ ਦਿੱਤਾ ਅਤੇ ਮੈਂ ਤਾਂ ਖੁਦ ਉਹਨਾਂ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੈਂ ਕੋਈ ਪਟਾਕੇ ਪਟੂਕੇ ਨਹੀਂ ਚਲਾਉਣੇ, ਦੀਵੇ ਜਗਾਵਾਂਗੇ, ਘਰ ਨੂੰ ਰੌਣਕਾਂ ਲਾਵਾਂਗੇ। ਸੋ ਤੁਸੀਂ ਵੀ ਆਪਣੇ ਕੰਟਰੀ ਨੂੰ ਪੋਲਿਊਸ਼ਨ ਫ੍ਰੀ ਬਣਾਇਓ ਇਸ ਦੀਵਾਲੀ 'ਤੇ। ਹੈਲੋ ਐਵਰੀਵਨ, ਨਮਸਤੇ, ਨਮਸਕਾਰ, ਸਲਾਮ। ਸਿੰਸੀਅਰ ਰਿਕੁਐਸਟ ਫਰੋਮ ਮਾਈ ਸਾਈਡ ਟੂ ਆਲ ਆਫ ਯੂ ਦਿਸ ਈਅਰ, ਕਮਿੰਗ ਫਰੋਮ ਦਾ ਹਾਰਟ, ਕਿ ਇਸ ਦੀਵਾਲੀ ਪਟਾਕੇ ਮਤ ਚਲਾਈਏ ਪਲੀਜ਼। ਆਪਣੀ ਕੰਟਰੀ ਕੀ ਜੋ ਹਾਲਤ ਹੋ ਗਈ ਸੀ ਲਾਸਟ ਈਅਰ, ਦ ਪੋਲੂਸ਼ਨ, ਦ ਏਅਰ ਦੈਟ ਵੀ ਵਰ ਬਰੀਦਿੰਗ ਵਾਸ ਡੈਵਸਟੇਟਿੰਗ। ਆਈ ਕੁਡ ਨਾਟ ਗੈਟ ਆਊਟ ਮਾਈ ਹਾਊਸ ਬਿਕੋਜ਼ ਇਤਨੀ ਏਅਰ ਮੇ ਪੋਲੂਸ਼ਨ ਥੀ। ਇਟ ਵਾਸ ਅਨਹੈਲਦੀ, ਇਟ ਵਾਸ ਅਨਨੈਚੁਰਲ। ਹਮਾਰੇ ਬੱਚੋਂ ਕੇ ਲੀਏ, ਹਮਾਰੇ ਦੋਸਤੋਂ ਕੇ ਲੀਏ, ਹਮਾਰੇ ਪੇਰੈਂਟਸ ਕੇ ਲੀਏ, ਫੋਰ ਦ ਸੇਕ ਆਫ ਐਵਰੀ ਵਨ, ਇਟ ਇਜ਼ ਵੈਰੀ ਇੰਪੋਰਟੈਂਟ ਵੀ ਆਲ ਟੇਕ ਰਿਸਪੋਂਸਿਬਿਲਟੀ ਦਿਸ ਈਅਰ। ਇਟਸ ਅ ਸੈਲੀਬ੍ਰੇਸ਼ਨ ਆਫ ਲਾਈਟਸ, festival of lights, let's all light diyas instead of crackers, spread love, peace and happiness, jhapiyan dalo, mithaiyan khao, patte khelo, lekin yaar patake please mat jalao, because isse hamara dil jalega, aur jo chote chote bacche hain jab wo mask laga ke ghoom rahe the to bahut kharab lagta hai, I'm sure aapko bhi kharab laga hoga, to hum sab, let's all take responsibility, it's our country end of the day and we have to make it better, and if we don't take responsibility, nobody else is going to do that. So my sincere request to you, let's not light crackers, let's celebrate it with diyas. Lots of love to you, a very happy Diwali to all of you. ਦੋਸਤੋ, ਸੋਸ਼ਲ ਮੀਡੀਆ ਦੀ ਗੱਲ ਚੱਲ ਰਹੀ ਹੈ, ਸੋ ਹੁਣ ਮੈਂ ਤੁਹਾਨੂੰ ਗੱਲ ਦੱਸਾਂਗੀ ਇੰਸਟਾਗ੍ਰਾਮ 'ਤੇ ਛਾਈ ਹੋਈ ਇੱਕ ਮੁਟਿਆਰ ਦੀ। ਜੀ ਹਾਂ, ਕੈਨੇਡਾ ਦੇ ਵਿੱਚ ਰਹਿ ਰਹੀ ਹੈ ਪੰਜਾਬਣ ਮੁਟਿਆਰ ਦਾ ਨਾਮ ਹੈ ਰੂਪੀ ਕੌਰ ਅਤੇ ਇਹ ਇੱਕ ਲੇਖਿਕਾ ਅਤੇ ਕਵਿਤਰੀ ਵਜੋਂ ਮਸ਼ਹੂਰ ਨੇ ਜੀ। ਇਹਨਾਂ ਦੀ ਰੀਸੈਂਟਲੀ ਬੁੱਕ ਲਾਂਚ ਹੋਈ ਹੈ ਮਿਲਕ ਐਂਡ ਹਨੀ। ਇਸ ਬੁੱਕ ਨੇ ਲੋਕਾਂ ਨੂੰ ਆਪਣੀ ਸੋਚ ਬਦਲਣ 'ਤੇ ਮਜਬੂਰ ਕਰ ਦਿੱਤਾ ਅਤੇ ਆਪਣਾ ਦੀਵਾਨਾ ਬਣਾ ਲਿਆ। ਦੋਸਤੋ, ਹੁਣ ਗੱਲ ਕਰਦੇ ਹਾਂ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਹੋਏ ਬਾਸਕਟਬਾਲ ਮੈਚ ਦੀ। ਜੀ ਹਾਂ, ਥੋੜ੍ਹੇ ਦਿਨ ਪਹਿਲਾਂ ਕੈਨੇਡਾ ਦੇ ਬ੍ਰੈਂਪਟਨ ਈਸਟ ਵਿੱਚ ਉੱਥੋਂ ਦੇ ਪਾਰਲੀਮੈਂਟ ਮੈਂਬਰ ਰਾਜ ਗਰੇਵਾਲ ਦੇ ਸਹਿਯੋਗ ਦੇ ਨਾਲ ਖੇਲੋ ਸਪੋਰਟਸ ਵੱਲੋਂ ਇੰਡੀਆ ਅਤੇ ਪਾਕਿਸਤਾਨ ਦਾ ਬਾਸਕਟਬਾਲ
टूरनामेंट खेडिया गया जी, है ना कमाल की गल। पर इस टूरनामेंट के सिर्फ इंडिया तो पाकिस्तान की टीम नहीं बल्कि कैलगरी, न्यू जर्सी, शिकागो, वैंकूवर और टोरोंटो दी टीम्स भी शामिल सन, है ना कमाल की गल। दोस्तों हुण वेला हो गया जी एक छोटी जी ब्रेक दा, पर ब्रेक तो बाद असी तुहानू लैके चलांगे कसौली खुशवंत सिंह लिटरेचर फेस्टिवल च। जी हाँ, उस तो बाद असी चलांगे गोल्डन स्टार मलकीत सिंह जी दे अपकमिंग सोंग भुली जांदे विरसा दे ऑन लोकेशन शूट ते, ते उस तो बाद करावांगे खास मुलाकात अज दे स्पैशल गैसट पम्मी बाई दे नाल। देखो बहुत कुछ बाकी है, छोटी जी ब्रेक है, सो जल्दी जल्दी मैं वापस आनी एक छोटी जी ब्रेक तो बाद। ब्रेक तो बाद तुहाडा स्वागत है तुहाडे अपने फेवरेट शो दे विच जिहदा नां है पंजाबीज दिस वीक। ते हुण वेला हो गया जी साडे अज दे स्पैशल गैसट दे नाल मुलाकात करन दा। साडे अज दे स्पैशल गैसट ने पम्मी बाई, सो आओ करदे हां उहनां दा वेलकम। वेलकम करदे हां पम्मी बाई जी दा। बहुत बहुत स्वागत है थोड़ा साडे शो पंजाबीज दिस वीक दे विच। धन्यवाद, थैंक यू वेरी मच। ते जिथे मैं पीटीसी दा तुहाडा तुहाडे सारे ही क्रूज दा ते उथे मैं तमाम अज इस शो नू वेखण वाले पंजाबियों नू अपने दिल दीआं गहराईआं चों मोह भरी सत श्री अकाल, आदाब ते नमस्कार रखदा। ओहो क्या बात है, हुण साडे प्रोग्राम दी साडे शो दी शुरुआत हो चुकी है ते मैं हुण गल करांगी स्टार्टिंग चों ਇਸ ਤਰ੍ਹਾਂ ਦਾ ਫਿਊਜ਼ਨ ਕਰੀਏ ਕਿ ਉਹਦੇ 'ਚ ਫੋਕ ਦਾ ਫਲੇਵਰ ਵੀ ਹੋਵੇ, ਉਹਦੇ 'ਚ ਤੂੰਬੀ ਵੀ ਹੈ, ਅਲਗੋਜ਼ੇ ਵੀ ਨੇ, ਢੋਲ ਵੀ ਹੈ ਤੇ ਪਲੱਸ ਉਹਦੇ 'ਚ ਉਹ ਪੂਰਾ ਵੈਸਟਰਨਾਈਜ਼ ਕੇਕ ਵਗੈਰਾ ਜੋ ਕੁਛ ਵੀ ਹੈਗਾ ਤੇ ਉਹ ਇੱਕ ਜੰਗਸਟਰ ਨੌਜਵਾਨ ਨੇ ਮਨੀ ਸੌਂਦ ਨੇ ਉਹਨੂੰ ਬਹੁਤ ਹੀ ਅੱਛਾ ਕੰਪਾਇਲ ਕੀਤਾ। ਉਸ ਤੋਂ ਮਗਰੋਂ ਫਿਰ ਮੇਰੇ ਫਿਲਮ ਡਾਇਰੈਕਟਰ ਪ੍ਰਵੀਨ ਕੁਮਾਰ ਤੇ ਸਾਰੀ ਪੂਰੀ ਸਾਡੀ ਟੀਮ ਨੇ ਉਸਨੇ ਉਹਦਾ ਕਨਸੈਪਟ ਕਨਸੀਵ ਕੀਤਾ, ਅਸੀਂ ਸਾਰਿਆਂ ਨੇ ਰਲ ਕੇ ਤੇ ਬਹੁਤ ਹੀ ਅੱਛੀਆਂ ਲੋਕੇਸ਼ਨਸ ਦੇ ਉੱਤੇ ਜਾ ਕੇ ਮੇਰੇ ਦੋਸਤਾਂ ਦੀ ਉਹ ਪਰਸਨਲ ਹੈਗੀ, ਉਹ ਕਿਸੇ ਨੂੰ ਦਿੰਦੇ ਨਹੀਂ ਤੇ ਉਹਨਾਂ ਨੂੰ ਕਿਹਾ ਵੀ ਮੈਂ ਸ਼ੂਟ ਕਰਨਾ, ਉਹ ਕਹਿੰਦੇ ਤੇਰੇ ਲਈ ਖੁੱਲ੍ਹਾ ਹੈਗਾ। ਸੋ ਉੱਥੇ ਉਸਨੂੰ ਅਸੀਂ ਉਸ ਲੋਕੇਸ਼ਨਸ ਦੇ ਵਿੱਚ ਸ਼ੂਟ ਕੀਤਾ। ਸਮੈਰਾ ਸੰਧੂ ਸਾਡੇ ਪੰਜਾਬ ਦੀ ਕੁੜੀ ਹੈਗੀ ਆ ਜਿਹੜੀ ਆਲਰੇਡੀ 2 ਫਿਲਮਾਂ ਸਾਊਥ ਇੰਡੀਅਨ ਦੇ ਐਜ਼ ਐਨ ਹੀਰੋਇਨ ਕਰ ਚੁੱਕੀ ਆ ਤੇ ਉਸਨੂੰ ਅਸੀਂ ਉਸ ਦੇ ਵਿੱਚ ਹੀਰ ਸਲੇਟੀ ਬਣਾਇਆ। ਮੈਡਮ ਪ੍ਰਭਸ਼ਰਨ ਕੌਰ ਨੇ ਮਾਨ ਦੀ ਭੂਮਿਕਾ ਅਦਾ ਕੀਤੀ ਤੇ ਉਹ ਸਾਰਾ ਇਸ ਕਿਸਮ ਨਾਲ ਉਹ ਬਣਿਆ ਤੇ ਅੱਜ ਪੂਰੀ ਦੁਨੀਆਂ 'ਚ ਬੈਠੇ ਪੰਜਾਬੀ ਉਸ ਗਾਣੇ ਨੂੰ ਜੋ ਮਾਨ, ਜੋ ਪਿਆਰ, ਜੋ ਖਲੂਸ ਦੇ ਰਹੇ ਨੇ, ਮੇਰੇ ਕੋਲ ਸ਼ਬਦ ਨਹੀਂ ਕਿ ਕਿੰਨਾ ਸ਼ਬਦਾਂ ਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਾਂ। ਕਿਆ ਬਾਤ ਹੈ, ਕਿਆ ਬਾਤ ਹੈ, ਤੇ ਤੁਹਾਡੇ ਚਿਹਰੇ ਤੇ ਏਦਾਂ ਹੀ ਸਮਾਈਲ ਰਹਿੰਦੀ ਹੈ ਸ਼ੁਰੂ ਤੋਂ ਅਸੀਂ ਦੇਖਿਆ, ਤੁਸੀਂ ਗਾਣਿਆਂ 'ਚ ਵੀ ਏਦਾਂ ਹੀ ਮੁਸਕਰਾਉਂਦੇ ਰਹਿੰਦੇ ਹੋ, ਇਹਦਾ ਰਾਜ਼ ਕੀ ਹੈ? ਦੇਖੋ ਜਸਪਿੰਦਰ, ਗੱਲ ਇਹ ਹੈ ਕਿ ਜਿਹੜਾ ਬੰਦਾ ਨਾ ਅੰਦਰੋਂ ਜ਼ਹਿਨੀ ਤੌਰ ਤੇ ਖੁਸ਼ ਹੈ ਉਹ ਉੱਪਰੋਂ ਵੀ ਖੁਸ਼ ਹੀ ਰਹਿੰਦਾ। ਹੱਸਦੀ ਹੱਸਦੀ ਡੋਲੀ ਚੜ ਗਈ ਉਤਲੇ ਮਨ ਤੋਂ ਰੋਵੇ, ਪੁੱਛ ਕੇ ਵੇਖੀ ਹਾਲ ਰਾਂਝੇ ਦਾ ਚੁੱਪ ਕਿਸ ਤਰ੍ਹਾਂ ਹੋਵੇ, ਦੇ ਜਾਣਾ ਸੀ ਸਾਨੂੰ ਪਹਿਲਾਂ ਓ ਮੇਰੀਏ ਹੀਰੀਏ, ਦੇ ਜਾਣਾ ਸੀ ਸਾਨੂੰ ਪਹਿਲਾਂ ਤੋੜ ਕੇ ਉਦੋਂ ਜਵਾਬ, ਤੇਰੇ ਪਿੱਛੇ ਰਾਂਝਾ ਹੀਰੇ ਹੁੰਦਾ ਨਾ ਖੱਜਲ ਖਰਾਬ, ਨੀ ਹੀਰੇ ਹੁੰਦਾ ਨਾ ਖੱਜਲ ਖਰਾਬ। ਤੇ ਇੰਨੇ ਸੋਹਣੇ ਸੋਹਣੇ ਸੁਰ ਪੰਮੀ ਬਾਈ ਜੀ ਲਾ ਸਕਦੇ ਨੇ ਤੇ
ਮੈਂ ਹੁਣ ਗੱਲ ਕਰਾਂ ਕਿ ਜਿਵੇਂ ਤੁਸੀਂ ਸਟਾਰਟ ਕੀਤਾ ਆਪਣਾ ਕਰੀਅਰ, ਤੁਹਾਨੂੰ ਪ੍ਰੋਬਲਮਸ ਆਈਆਂ ਹੋਣਗੀਆਂ ਉਸ ਟਾਈਮ ਵੀ, ਕਿਉਂਕਿ ਇੰਨਾ ਲੰਮੇ ਸਮੇਂ ਤੋਂ ਤੁਸੀਂ ਇੰਡਸਟਰੀ ਦੇ ਵਿੱਚ ਹੋ, ਤੁਸੀਂ ਪ੍ਰੋਬਲਮ ਫੇਸ ਕੀਤੀਆਂ, ਫਿਰ ਉਹਨਾਂ ਦੇ ਉੱਤੇ ਕਹਿੰਦੇ ਨਾ ਜਿੱਤ ਵੀ ਹਾਸਿਲ ਕੀਤੀ, ਫਿਰ ਜਦੋਂ ਤੁਸੀਂ ਆਪਣਾ ਪੂਰਾ ਕਰੀਅਰ ਦੇਖਦੇ ਹੋ ਤਾਂ ਕੀ ਫੀਲ ਹੁੰਦਾ ਕਿ ਇੰਡਸਟਰੀ ਵੀ ਚੇਂਜ ਹੋ ਚੁੱਕੀ ਆ, ਮਿਊਜ਼ਿਕ ਦਾ ਟ੍ਰੈਂਡ ਚੇਂਜ ਹੋ ਚੁੱਕਾ, ਤਾਂ ਕਿੱਦਾਂ ਦਾ ਰਿਹਾ ਤੁਹਾਡਾ ਸਾਰਾ ਸਫ਼ਰ? ਦੇਖੋ ਮੇਰਾ ਸਫ਼ਰ, ਜਸਪਿੰਦਰ, ਇੱਕ ਗੱਲ 'ਤੇ ਮੈਂ ਦੱਸਣਾ ਚਾਹੁੰਦਾ ਜੀ ਕਿ ਮੈਂ ਜਿਸ ਦਿਨ ਇਸ ਸਫ਼ਰ ਦੇ ਵਿੱਚ ਪ੍ਰੋਫੈਸ਼ਨਲ ਤੌਰ 'ਤੇ ਕੁੱਦਿਆ ਸੀ ਜੀ, ਉਸ ਦਿਨ ਮੈਂ ਇੱਕ ਕਮਿਟਮੈਂਟ ਲੈ ਕੇ ਕੁੱਦਿਆ ਸੀ, ਅਤੇ ਉਹ ਕਮਿਟਮੈਂਟ ਅੱਜ ਵੀ ਮੇਰੇ ਨਾਲ ਹੈ ਕਿ ਮੈਂ ਆਪਣੀ ਪੰਜਾਬੀ ਮਾਂ ਬੋਲੀ ਲਈ, ਆਪਣੇ ਪੰਜਾਬੀ ਕਲਚਰ ਲਈ, ਆਪਣੀ ਪੰਜਾਬੀਅਤ ਲਈ ਕੰਮ ਕਰਨਾ, ਅਤੇ ਮੈਂ ਉਸ ਬਰਕਰਾਰੀ ਨੂੰ ਤੋੜਿਆ ਨਹੀਂ, ਅਤੇ ਉਹਨੂੰ ਝੱਖੜ ਹਨੇਰੀਆਂ 'ਚ ਵੀ ਉਵੇਂ ਨਾਲ ਹੰਢਾਇਆ ਅਤੇ ਅੱਜ ਵੀ ਹੰਢਾ ਰਿਹਾ, ਇਸੇ ਕਰਕੇ ਪੂਰੀ ਦੁਨੀਆਂ 'ਚ ਬੈਠੇ ਪੰਜਾਬੀ ਪੰਮੀ ਬਾਈ ਨੂੰ ਪਿਆਰ ਕਰਦੇ ਨੇ ਜੀ, ਬਿਲਕੁਲ ਬਿਲਕੁਲ, ਅਤੇ ਸੱਭਿਆਚਾਰ ਨੂੰ ਪਿਆਰ ਕਰਦੇ ਆ। ਮੈਨੂੰ ਹੁਣ ਨਾ ਗੱਲ ਯਾਦ ਆ ਰਹੀ ਇਹਨਾਂ ਦੇ ਗਾਣੇ ਦੇ ਨਾ, ਇੱਦਾਂ ਦੀ ਚੀਜ਼ ਆ, ਮੇਰਾ ਦਿਲ ਕਰ ਮੈਂ ਹਰ ਸਵਾਲ ਦੇ ਮਗਰ ਲਾਦਾ। ਹੋਰ ਪੰਮੀ ਬਾਈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਕਿੱਦਾਂ ਰਿਹਾ ਤੁਹਾਡਾ ਸਫ਼ਰ? ਜਸਪਿੰਦਰ, ਇਹ ਨਾ ਇਹ ਮੇਰੀ ਸਿਗਨੇਚਰ ਟਿਊਨ ਬਣ ਗਈ ਹੈ। ਮੈਂ ਕਿਸੇ ਵੀ ਕਾਲਜ, ਯੂਨੀਵਰਸਿਟੀ, ਕਿਤੇ ਵੀ ਯੂਥ ਫੈਸਟ ਦੇ ਵਿੱਚ ਜਾਂ ਕਿਤੇ ਵੈਸੇ ਵੀ ਜਾਂਦਾ ਤਾਂ ਲੋਕ ਬਸ ਮੇਰੀ ਐਂਟਰੀ ਬਾਅਦ 'ਚ ਹੁੰਦੀ ਹੈ ਅਤੇ ਐਂ ਮੈਂ ਮੇਰਾ ਨਾਂ ਹੀ ਨਾਂ ਸੁਣਦੇ ਅਤੇ ਸਾਰਾ ਹਾਲ। ਸੋ ਮੈਂ ਤਾਂ ਗੋਰੇ ਵੀ ਲਾਤੇ ਸੀ ਕਰਨ, ਕਿਉਂਕਿ ਮੈਂ ਨਾ ਗੋਰਿਆਂ ਲਈ ਬਹੁਤ ਸ਼ੋਅ ਕਰਦਾ ਬਾਹਰ, ਨਾਟ ਓਨਲੀ ਤਾਂ ਪੰਜਾਬੀ, ਇਹ ਨਹੀਂ ਕਿ ਮੈਂ ਕੈਨੇਡਾ ਅਮੈਰੀਕਾ 'ਚ ਸ਼ੋਅ ਕਰਦਾ, ਅਤੇ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਸਾਡੇ ਨਹੀਂ ਵੀ ਪੰਜਾਬੀ ਹੈਗੇ ਮੈਂ ਉਹਨਾਂ ਮੁਲਕਾਂ ਦੇ ਵਿੱਚ ਵੀ ਸ਼ੋਅ ਕਰਦਾ, ਕਿਉਂਕਿ ਮੇਰੇ ਸ਼ੋਅ ਜਿਹੜੇ ਹੈਗੇ ਨੇ ਉਹ ਡਾਂਸ, ਫੋਕ ਮਿਊਜ਼ਿਕ ਅਤੇ ਫੋਕ ਸਿੰਗਿੰਗ ਨਾਲ ਲਬਰੇਜ ਨੇ, ਅਲੱਗ ਕਿਸਮ ਦਾ ਸ਼ੋਅ ਹੈ। ਤੇ ਮੇਰੀ ਜਿਹੜੀ ਦੇਖ ਹੈਗੀ ਉਹ ਟੋਟਲ ਪੰਜਾਬੀ ਤਾਲੀ ਦੇਖ ਹੈ, ਕਿਉਂਕਿ ਕੋਈ ਵੀ ਭਾਜੀ ਗੁਰਦਾਸ ਹੋਣੀ ਉਹ ਚਾਦਰਾ ਕੁੜਤਾ ਪਾਉਂਦੇ ਨੇ ਤੇ ਮੈਂ ਚਾਦਰੇ ਕੁੜਤੇ ਦੇ ਨਾਲ ਪੱਗ ਵੀ ਬੰਨਦਾ, ਤੇ ਮੈਂ ਪੰਜਾਬੀਆਂ ਦੀ ਜਿਹੜੀ ਉਹ ਤੁਰਲੇ ਦੀ ਟੌਰ ਹੈਗੀ ਆ ਤੇ ਉਹ ਵੀ ਲੋਕਾਂ ਦੇ ਸਾਹਮਣੇ, ਪੂਰੀ ਦੁਨੀਆਂ ਦੇ ਸਾਹਮਣੇ ਪੇਸ਼ ਕਰਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਥੋੜੀਆਂ ਜਾਂ ਮੇਰੀ ਦਿੱਖ ਨੂੰ ਬਦਲਦੀਆਂ ਨੇ ਤੇ ਮੈਨੂੰ ਉਹਨਾਂ ਲੋਕਾਂ 'ਚ ਖੜਨ ਦਾ ਮਾਣ ਪ੍ਰਾਪਤ ਹੁੰਦਾ ਹੈ ਜਿਹੜੇ ਲੋਕ ਸਾਡੀ ਲੈਂਗੁਏਜ ਵੀ ਨਹੀਂ ਜਾਣਦੇ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਪੰਜਾਬੀਆਂ ਦਾ ਮਾਣ, ਫੋਕ ਨੂੰ ਪਿਆਰ ਕਰਨ ਵਾਲੇ ਪੰਮੀ ਬਾਈ ਜੀ, ਤੇ ਛਿੱਛੀ ਦੀ ਗੱਲ ਚੱਲ ਰਹੀ ਸੀ, ਮੈਂ ਚਾਹੁੰਦੀ ਹਾਂ ਫਿਰ ਹੋ ਜੇ ਵੇ ਮੈਂ ਪਾਣੀ ਭਰੇਂਦੀ, ਉਸੇ ਜੀ ਸ਼ੌਕ ਹੈ ਤੇ ਮੈਂ ਜ਼ਰੂਰ ਕਹਾਂਗਾ। ਨੀ ਮੈਂ ਪਾਣੀ, ਨੀ ਮੈਂ ਪਾਣੀ ਭਰੇ ਨੀਆਂ ਪਤਣੋ, ਬੜੇ ਨੈਣ ਹੋ ਬੜੇ ਨੈਣ ਨਾ ਰਹਿੰਦੇ ਤੱਕਣੋ, ਅੱਲਾ ਜਾਣੇ ਅੱਲਾ ਜਾਣੇ ਤੇ ਯਾਰ ਨਾ ਜਾਣੇ, ਮੈਂ ਢੋਲੀ ਜਵਾਨੀ ਆਵਾਣੇ। ਔਸਮ ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਪਹਿਲਾਂ ਅਸੀਂ ਸੁਣਦੇ ਜਦੋਂ ਕਰਦੇ ਹਾਂ ਨਾ, ਮੈਨੂੰ ਹੁਣ ਲੱਗ ਰਿਹਾ ਕਿ ਵਾਕਿਆ ਤੁਸੀਂ ਸਹੀ ਕਹਿੰਦੇ ਹੋ ਕਿ ਲੋਕਾਂ ਨੇ ਨਾ ਉਹ ਇੱਕ ਸਿੰਬਲ ਬਣਾ ਲਿਆ ਤੁਹਾਨੂੰ, ਤੁਹਾਡੀ ਇੱਕ ਟੌਰ, ਤੁਹਾਡੀ ਇੱਕ ਰੋਬ, ਇੱਕ ਫੋਕ। ਥੈਂਕ ਯੂ ਸਰ, ਤੁਸੀਂ ਸਾਡਾ ਫੋਕ ਸਾਂਭਿਆ ਹੋਇਆ, ਲੋਕੀ ਤੁਹਾਨੂੰ ਦੇਖ ਕੇ ਅੱਜ ਵੀ ਕਹਿ ਸਕਦੇ ਨੇ ਬੇਟਾ ਸਾਡਾ ਕਲਚਰ ਆ ਹੈ। ਥੈਂਕ ਯੂ ਸਰ, ਮੇਰੀ ਕੋਸ਼ਿਸ਼ ਹੈ, ਮੈਂ ਚੌਕੀਦਾਰਾ ਕਰ ਰਿਹਾ ਨਹੀਂ, ਪਰ ਤੁਸੀਂ ਬਹੁਤ ਅੱਛਾ ਤੇ ਸਾਡੇ ਕਲਚਰ ਨੂੰ ਸਾਂਭਿਆ ਹੋਇਆ। ਤਾਂ ਹੁਣ ਜਿਵੇਂ ਕਲਚਰ ਦੀ ਗੱਲ ਕੀਤੀ ਤੁਸੀਂ ਆਪਣੇ ਨਵੇਂ ਸੌਂਗ ਦੇ ਵਿੱਚ, ਕਲਚਰ ਤਾਂ ਦਿਖਾਇਆ ਪਰ ਥੋੜਾ ਜਿਹਾ ਫਿਊਜ਼ਨ ਵੀ ਆ ਉਹਦੇ 'ਚ। ਨਹੀਂ, ਮੈਂ ਉਹਦੇ 'ਚ ਨਾ ਉਹਦੀ ਬੈਕਡ੍ਰੋਪ ਟ੍ਰੈਡੀਸ਼ਨ ਰੱਖੀ ਹੈ ਪਰ ਮੈਂ ਮਾਡਰਨਿਟੀ ਨੂੰ ਪੇਸ਼ ਕੀਤਾ। ਅੱਜ ਦਾ ਜਿਹੜਾ ਯੰਗਸਟਰ ਹੈ, ਅੱਜ ਦੀ ਜਿਹੜੀ ਪੀੜ੍ਹੀ ਹੈਗੀ ਆ, ਉਹ ਉਸ ਕਿਸਮ ਦਾ ਸੰਗੀਤ, ਉਸ ਕਿਸਮ ਦੀ ਦਿੱਖ ਨੂੰ ਦੇਖਣਾ ਚਾਹੁੰਦੇ ਨੇ। ਮੈਂ ਇੱਕ ਗੱਲ ਬੜੀ ਸਪਸ਼ਟ ਕਹਿਣਾ ਹੁੰਦਾ, ਕਿਸੇ ਵੀ ਮੁਲਕ ਦਾ ਕੋਈ ਵੀ ਮਿਊਜ਼ਿਕ ਨਾ ਕਦੇ ਬਲਗਰ ਹੋਇਆ ਨਾ ਨਿਊਡ ਹੋਇਆ, ਅਤੇ ਸਾਡਾ ਪੰਜਾਬ ਦੇ ਵਿੱਚ ਵੀ ਸਾਡੀ ਸਿਰਫ ਜਿਹੜੇ ਸਾਡੇ ਸ਼ਬਦ ਨੇ ਉਹ ਬਲਗਰ ਹੋ ਸਕਦੇ ਨੇ, ਉਹਨਾਂ ਦੀ ਪਿਕਚਰਾਈਜੇਸ਼ਨ ਨਿਊਡ ਜਾਂ ਉਸ ਤਰ੍ਹਾਂ ਦੀ ਹੋ ਸਕਦੀ ਹੈ, ਬਲਗਰ ਹੋ ਸਕਦੀ ਹੈ, ਪਰ ਮੈਂ ਉਹਨਾਂ ਦੋਨਾਂ ਚੀਜ਼ਾਂ ਨੂੰ ਹਮੇਸ਼ਾ ਹੀ ਆਪਦੀ ਲਾਈਫ ਦੇ ਵਿੱਚ ਅਵੋਇਡ ਕਰਕੇ ਰੱਖਿਆ, ਤੇ ਆਈ ਫਾਈਟ ਅਗੇਂਸਟ ਦਾ ਨਿਊਡਿਟੀ ਐਂਡ ਵਲਗੈਰਿਟੀ, ਤੇ ਉਹ ਮੈਂ ਝੰਡਾ ਬਰਦਾਰ ਹਾਂ ਉਹਦੇ ਲਈ ਵੀ। ਸਾਨੂੰ ਤਾਂ ਟੌਰ ਫੀਲ ਹੁੰਦੀ ਹੈ ਕਿ ਸਾਡੇ ਪੰਜਾਬ 'ਚ ਇੰਨੇ ਨੇ ਦਿੱਗਜ ਕਲਾਕਾਰ ਨੇ। ਸੋ ਮਤਲਬ ਕਿ ਦੇਖੋ, ਕਾਰਨ ਇਹ ਹੁੰਦਾ ਕਿ ਵੀ ਮੈਂ ਤੇ ਕਦੀ ਉਸ ਜ਼ਿੰਮੇਵਾਰੀ ਨੂੰ ਨਿਭਾ ਰਿਹਾ। ਉਹ ਜਿਵੇਂ ਇੱਕ ਦੋ ਸ਼ਬਦ ਨੇ, ਕਹਿੰਦਾ ਵੀ ਡੁੱਬਦੇ ਹੋਏ ਸੂਰਜ ਨੇ ਪੁੱਛਿਆ ਕੋਈ ਕੋਈ ਹੈ ਜੋ ਮੇਰਾ ਫਰਜ਼ ਨਿਭਾ ਸਕੇ, ਇੱਕ ਮਿੱਟੀ ਦੇ ਦੀਵੇ ਨੇ ਟਿਮਟਮਾਉਂਦੇ ਹੋਏ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ। ਮੈਂ ਤਾਂ ਜਸਪਿੰਦਰ ਕੋਸ਼ਿਸ਼ ਕਰ ਰਿਹਾ ਹਾਂ। ਕੀ ਬਾਤ ਹੈ, ਕੀ ਬਾਤ ਹੈ। ਤੇ ਹੁਣ ਗੱਲ ਕਰਦਿਆਂ ਮੇਰਾ ਦਿਲ ਕਰ ਰਿਹਾ ਮੈਂ ਕੁਝ ਹੋਰ ਵੀ ਸੁਣਾ, ਪਰ ਤੁਹਾਡਾ ਕਿਹੜਾ ਫੇਵਰਟ? ਤੁਸੀਂ ਇੰਨੇ ਗਾਣੇ ਗਾਏ ਨੇ, ਕੋਈ ਇਦਾਂ ਦਾ ਹੈ ਜਿਹੜਾ ਪੰਮੀ ਜੀ ਬਾਈ ਜੀ ਦਾ ਫੇਵਰਟ ਹੈ ਤੇ ਪੰਮੀ ਬਾਈ ਜੀ ਹਮੇਸ਼ਾ ਗੁਣਗੁਣਾਉਂਦੇ ਨੇ? ਦੇਖੋ, ਮੈਂ ਆਪਦੀ ਲਾਈਫ ਦੇ ਵਿੱਚ ਬਹੁਤ ਬਹੁਤ ਆਰਟਿਸਟਾਂ ਨੂੰ ਹੰਢਾਇਆ ਜੀ, ਬਹੁਤ ਦੇ ਨਾਲ ਨੇੜਤਾ ਮੇਰੀ ਰਹੀ ਹੈ,
ਬਹੁਤ ਕੁਝ ਸਿੱਖਿਆ ਤੇ ਮੈਨੂੰ ਕਹਿੰਦੇ ਨੇ ਜੇ ਮੈਂ ਉਹਦੀ ਫਰਿਸ਼ਤ ਗਿਣ ਲੱਗਾਂਗਾ ਤਾਂ ਇੰਨਾ ਟਾਈਮ ਲੱਗੂਗਾ। ਤੁਸੀਂ ਕਹੋਗੇ ਵੀ ਇੰਨਾ ਇਹਨਾਂ ਆਰਟਿਸਟਾਂ ਨਾਲ ਵੀ ਕੰਮ ਕੀਤਾ। ਮੈਂ ਜਦੋਂ ਐਮੇਚਿਓਰ ਆਰਟਿਸਟ ਸੀ, ਜਦੋਂ ਪ੍ਰੋਫੈਸ਼ਨਲ ਬਣੀ ਨਹੀਂ ਸੀ, ਉਦੋਂ ਸਵਰਗੀਆ ਭੈਣ ਜੀ ਨਰਿੰਦਰ ਬੀਬਾ, ਸਵਰਗੀਆ ਮਾਂ ਸੁਰਿੰਦਰ ਕੌਰ, ਸਵਰਗੀਆ ਜਗਮੋਹਨ ਕੌਰ, ਵੱਡੀ ਭੈਣ ਗੁਰਮੀਤ ਬਾਬਾ, ਕੁਲਦੀਪ ਮਾਨਕ ਬਾਈ ਜੀ ਹੋਣੀ, ਤੇ ਈਵਨ ਦੈਨ ਕਿ ਸਵਰਗੀਆ ਭਾਜੀ ਜਗਜੀਤ ਸਿੰਘ, ਉਹਨਾਂ ਦੇ ਮਿਊਜ਼ਿਕ ਦੇ ਵਿੱਚ ਵੀ ਮੈਂ ਗਾਇਆ ਜਦੋਂ ਮੈਂ ਕਿ ਪ੍ਰੋਫੈਸ਼ਨਲ ਸਿੰਗਰ ਵੀ ਨਹੀਂ ਸੀ। ਅੱਛਾ ਜੀ, ਹਾਂਜੀ, ਕੀ ਬਾਤ ਹੈ। ਸੋ ਮੈਂ ਉਹਨਾਂ ਲੋਕਾਂ ਨਾਲ ਵੀ ਗਾਇਆ ਜੀ, ਉਹਨਾਂ ਨਾਲ ਵੀ ਸਾਰਿਆਂ ਨਾਲ ਗਾਉਣ ਦਾ ਮਾਣ ਪ੍ਰਾਪਤ ਕੀਤਾ। ਮਤਲਬ ਕਿ ਮੈਂ ਬੜੇ ਭਾਗੀ ਹਾਂ ਕਿ ਮੈਂ ਜਿਹਨਾਂ ਨੂੰ ਛੋਟੇ ਹੁੰਦਿਆਂ ਨੂੰ ਮੂਹਰੇ ਬਹਿ ਕੇ ਸੁਣਿਆ ਤੇ ਉਹਨਾਂ ਨਾਲ ਮੈਂ ਗਾਇਆ ਹੈ, ਤੇ ਉਹ ਤੇ ਮੇਰੀ ਲਾਈਫ ਦੀ ਇੱਕ ਅਲੱਗ ਕਿਸਮ ਦੀ ਅਚੀਵਮੈਂਟ ਹੈਗੀ ਆ। ਕਿਉਂਕਿ ਲੋਕਾਂ ਨੇ ਤਾਂ ਮੈਨੂੰ ਪ੍ਰੋਫੈਸ਼ਨਲ ਹੁੰਦਿਆਂ ਹੀ ਦੇਖਿਆ, ਉਹ ਤੋਂ ਪਹਿਲੀ ਮੇਰੀ ਕੈਨਵਸ ਕਿਸੇ ਨੇ ਨਹੀਂ ਦੇਖੀ ਕਿ ਮੈਂ ਕੀ ਕਰਦਾ ਸੀ। ਸੋ ਕਹਾਣੀ ਇਹ ਹੁੰਦੀ ਹੈ ਜਸਪਿੰਦਰ, ਲਾਈਫ ਦੇ ਵਿੱਚ ਬੰਦਾ ਬਹੁਤ ਕੁਛ ਕਰਨ ਨੂੰ ਲੋਚਦਾ ਤੇ ਕਈ ਚੀਜ਼ਾਂ ਹੋ ਵੀ ਜਾਂਦੀਆਂ ਨੇ, ਕਈ ਨਹੀਂ ਵੀ ਹੁੰਦੀਆਂ, ਪਰ ਬੰਦੇ ਨੂੰ ਮਲਾਲ ਇਸ ਗੱਲ ਦਾ ਹੋਣਾ ਚਾਹੀਦਾ ਵੀ ਜਿਹੜੀਆਂ ਹੋ ਗਈਆਂ ਉਹ ਤਾਂ ਵਧੀਆ ਹੋ ਗਈਆਂ ਨੇ, ਹੈ। ਸੋ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਬਹੁਤ ਆਪਦੇ ਲਾਈਫ ਦੇ ਵਿੱਚ ਮੈਂ ਕੁਲਦੀਪ ਮਾਨਕ ਸਾਹਿਬ ਦਾ ਬਹੁਤ ਵੱਡਾ ਫੈਨ ਰਿਹਾ, ਬਾਜੀ ਗੁਰਦਾਸ ਮਾਨ ਦੀ ਮੈਂ ਸਟੇਜ ਦੀ ਪਰਫੋਰਮੈਂਸ ਦਾ ਬਹੁਤ ਵੱਡਾ ਫੈਨ ਆ, ਹੈ। ਮਤਲਬ ਕਿ ਇਸ ਕਿਸਮ ਨਾਲ ਫਿਰ ਮੈਂ ਪਾਕਿਸਤਾਨੀ ਕਲਾਕਾਰਾਂ ਨਾਲ ਮੇਰੀ ਬਹੁਤ ਨੇੜਤਾ ਹੈ, ਬੇਸ਼ੁਮਾਰ। ਸ਼ੌਕਤ ਅਲੀ ਸਾਹਿਬ ਨਾਲ ਮੇਰਾ ਬਹੁਤ ਪਿਆਰ ਹੈ, ਉਹ ਮੇਰੇ ਘਰੇ ਵੀ ਆਏ ਨੇ। ਅਕਰਮ ਰਾਹੀ ਸਾਹਿਬ ਮੇਰੇ ਘਰੇ ਆਏ ਨੇ, ਸਵਰਗੀ ਰੇਸ਼ਮਾ ਜੀ ਮੇਰੇ ਘਰੇ ਆਏ ਨੇ, ਮਤਲਬ ਕਿ ਉਹ ਅਨਾਇਤ ਹਸਨ ਭੱਟੀ ਸਾਹਿਬ ਉਹਨਾਂ ਨਾਲ, ਸਾਰੇ ਪੁਰਾਣੇ ਜਿੰਨੇ ਵੀ ਉੱਥੋਂ ਦੇ ਅੱਛੇ ਫਨਕਾਰ ਨੇ, ਈਵਨ ਦੈਨ ਕਿ ਨਵਿਆਂ 'ਚ ਵੀ ਬਰਾਰੁਲ ਹੱਕ ਹੋਣੀ, ਉਹ ਵੀ ਮੈਨੂੰ ਜਾਣਦੇ ਨੇ, ਹੈਂ। ਅਤੇ ਵੀ ਮੈਂ ਪਾਕਿਸਤਾਨ 'ਚ ਪਰਫੋਰਮੈਂਸ ਵੀ ਕਰਕੇ ਆਇਆ, ਅਤੇ ਇਹ ਲਹਿੰਦੇ ਜਾਂ ਚੜ੍ਹਦੇ ਪੰਜਾਬ ਦੀ ਗੱਲ ਨਹੀਂ, ਇਹ ਤਾਂ ਗੱਲ ਸਾਡੀ ਕਲਾ ਦੀ ਹੈ, ਕਲਚਰ ਦੀ ਹੈ, ਕਲਾਕਾਰ ਨੂੰ ਪਿਆਰ। ਤੇ ਹੁਣ ਇਹ ਗੱਲਾਂ ਬਾਤਾਂ ਕਰਦੇ, ਥੋੜ੍ਹੀ ਜਿਹੀ ਸ਼ਰਾਰਤੀ ਮਸਤੀ ਭਰੀ ਗੇਮ ਪਲਾਨ ਕਰਨੀ ਹੈ ਤੁਹਾਡੇ ਨਾਲ, ਟਰੁੱਥ ਐਂਡ ਡੇਅਰ। ਅਸੀਂ ਜਾਂ ਤਾਂ ਸੱਚ ਸੁਣਦੇ ਹਾਂ ਜਾਂ ਅਸੀਂ ਸੰਦੂਕ ਖੋਲਦੇ ਹਾਂ, ਉਹਦੇ ਵਿੱਚ ਜੋ ਪਰਚੀ 'ਤੇ ਲਿਖਿਆ ਹੁੰਦਾ ਸਾਨੂੰ ਕਰਨਾ ਪੈਣਾ। ਸੋ ਸੰਦੂਕ ਖੋਲਾਂਗੇ, ਇਹਦੇ ਵਿੱਚ ਕੁਛ ਪਰਚੀਆਂ ਰੱਖੀਆਂ, ਤੁਸੀਂ ਬਾ ਕਮਾਲ ਸ਼ੀਸ਼ੀਆਂ ਨਾਲ ਰੱਖੇ ਆ, ਤੁਸੀਂ ਪਰਚੀ ਚੁੱਕੋ। ਓ ਹੋ, ਸਾਡੇ ਕੋਲ ਆਈ ਹੈ ਜੀ ਪਰਚੀ। ਆਏ ਹਾਏ ਹਾਏ, ਬੁੱਢੇ ਦੀ ਐਕਟਿੰਗ, ਪਿੰਡ ਦੇ ਬੁੱਢੇ ਦੀ ਐਕਟਿੰਗ ਜਾਂ ਪਿੰਡ ਦੀ ਬੁੱਢੀ ਦੀ ਐਕਟਿੰਗ, ਜਿਹੜੀ ਤੁਹਾਨੂੰ ਦਿਲ ਕਰੇ ਤੁਸੀਂ ਅੱਜ ਦੋਨਾਂ 'ਚ, ਦੋਨਾਂ 'ਚ ਕਰ ਸਕਦੇ, ਦੋਨਾਂ 'ਚ ਕਰ ਸਕਦੇ ਜੀ। ਦੇਖ ਬੀਬਾ, ਬਹੁਤ ਹੁਣ ਤਾਂ ਮੇਰੀ ਉਮਰ ਐਡੀ ਹੋ ਗਈ, ਗੱਲਾਂ ਹੁੰਦੀਆਂ ਨਹੀਂ, ਪਰ ਤੂੰ ਮੈਨੂੰ ਸੋਹਣੀ ਬੜੀ ਲੱਗਦੀ ਹੈ, ਮੈਂ ਕੀ ਕਰਾਂ, ਕੀ ਲਿਖਿਆ ਤੇ ਅਤੇ ਪਰਚੀ 'ਤੇ ਹੋਰ ਵੀ ਕੁਛ ਲਿਖਿਆ। ਅਮਲੀ ਦੀ ਐਕਟਿੰਗ, ਥੀਏਟਰ ਆਰਟਿਸਟ ਅੱਜ ਸਾਡੇ ਰੂਬਰੂ ਹੋਣ ਜਾ ਰਹੇ ਨੇ ਪੰਮੀ ਬਾਈ ਜੀ। ਸ਼ਕੋਟ ਦੀ ਬੋਤਲ ਲੈ ਕੇ ਆਇਆ, ਇਹ ਕਿੱਥੇ ਬਣਦੀ ਆ? ਉਹ ਭਾਈ, ਇਹ ਤਾਂ ਬਾਹਰਲੇ ਮੁਲਕਾਂ 'ਚ ਆਉਂਦੀ ਆ। ਚਾਚਾ, ਇੱਕ ਦਿਨ ਭਰਾ ਦਿੱਤੀ ਉਹਨੇ ਮਿੱਠੂ ਨੇ, ਗੱਲ ਨਹੀਂ ਬਣੀ ਮਿੱਠੀ ਜੀ ਜੀ, ਆਪਾਂ ਤਾਂ ਸਿਰ ਹਿਲਾਉਣ ਵਾਲੀ ਪੀਂਦੇ ਆ ਭਾਈ, ਸਿਰ ਹਿਲਾਉਣ ਵਾਲੀ। ਮੈਂ ਕੰਟਰੋਲ ਕਰ ਰਹੀ ਸੀ ਆਪਣਾ ਹਾਸਾ। ਕਿਆ ਬਾਤ ਹੈ, ਇਹ ਤਾਂ ਮੈਨੂੰ ਤਾਂ ਐਂ ਲੱਗ ਰਿਹਾ ਜਿਵੇਂ ਤੁਸੀਂ ਐਕਟਿੰਗ ਵੱਲ ਵੀ ਜਾ ਰਹੇ ਹੋ ਸਾਨੂੰ ਬਿਨਾਂ ਦੱਸੇ। ਨਹੀਂ, ਗੱਲ ਇਹ ਹੈ ਕਿ ਨਾ ਬਿਨਾਂ ਦੱਸੇ ਤਾਂ ਨਹੀਂ, ਹਾਂ, ਕਿਉਂਕਿ ਮੈਂ ਸਭ ਤੋਂ ਪਹਿਲਾਂ ਜਦੋਂ ਫਿਲਮ ਕੈਨਵਸ 'ਤੇ ਆਇਆ ਜੀ, ਅਤੇ ਉਹ ਮੈਨੂੰ ਹੁਣ ਵੀ ਯਾਦ ਹੈ, 94-95 ਦਾ ਪੀਰੀਅਡ, ਧੀ ਜੱਟ ਦੀ ਦੇ ਵਿੱਚ ਵੀ ਮੈਂ ਅਪਾਸ਼ਨਾ ਦੇ ਅਗੇਂਸਟ 2-3 ਸੀਨ ਕੀਤੇ, ਬਗਾਵਤ 'ਚ ਵੀ ਕੀਤੇ, ਅਤੇ ਫਿਰ ਉਸ ਤੋਂ ਮਗਰੋਂ 2 ਫਿਲਮਾਂ ਦੇ ਵਿੱਚ ਐਜ਼ ਐਨ ਸਿੰਗਰ, ਉਹਦੇ 'ਚ ਵੀ ਮੈਂ ਨਾਲ ਨਾਲ ਐਕਟਿੰਗ ਕੀਤੀ, ਤੇਰਾ ਮੇਰਾ ਕੀ ਰਿਸ਼ਤਾ, ਦਾਰਾ 'ਚ ਵੀ ਮੈਂ ਕੁਛ ਥੋੜਾ ਜਿਹਾ ਐਕਟ ਕੀਤਾ, ਜ਼ਿਮੀਂਦਾਰ ਕਿਸਾਨ ਦਾ, ਪੜ੍ਹੇ ਲਿਖੇ ਦਾ। ਸੋ ਜਿਹੜਾ ਹੈਗਾ ਇਸ ਫਿਲਮੀ ਕੈਰੀਅਰ ਦਾ ਵੀ ਨਾਲ ਨਾਲ ਇੰਟਰਸਟ, ਚਲੋ ਜਿੰਨਾ ਕੁ ਵੀ ਅਸੀਂ ਆਪਦੇ ਪ੍ਰੋਡਕਸ਼ਨ ਹਾਊਸ ਵੱਲੋਂ ਕਰਨਾ ਚਾਹੁੰਦੇ ਹਾਂ ਉਹਨਾਂ ਕੁ ਕਰ ਰਹੇ ਹਾਂ। ਸਾਡੀ ਸਲਾਹ ਹੈ ਕਿ ਜੇ ਅਸੀਂ ਅੱਛੀ ਫਿਲਮ ਕੋਈ ਨਾ ਕੋਈ ਪੰਜਾਬ ਦੇ ਕੈਨਵਸ ਦੇ ਉੱਤੇ ਮੇਕ ਕਰੀਏ, ਤਾਂ ਕਿ ਉਹਦੇ 'ਚ ਅਸੀਂ ਪੰਜਾਬੀਆਂ ਨੂੰ ਦੱਸ ਸਕੀਏ ਕਿ ਜਿਹੜੀ ਅਸਲ ਪੰਜਾਬੀ ਆ ਤਾਂ ਉਹ ਕਿੱਥੇ ਲੁਕੀ ਖੜੀ ਹੈ।
क्या बात है, क्या बात है। तेरे तो आने वाला प्रोजेक्ट है, ओदे बारे भी सानू दसो किदां दा प्रोजेक्ट है, की लेके आ रहे हो? देखो फिल्म का तो काम चल ही रहा है। ओके, फिल्म बारे तो मैं सिर्फ इन्नी कहांगा कि फिल्म जिहड़ी भी बनाउण जा रहे हैं तो वह हटके होगी। ओके, तो अच्छी होगी जी, फैमिली ड्रामा होगा, डेफिनेटली देखने वाला है। की थोनू सोच के लगा कि मैं अज जिवें अज यंगस्टर आ चुके ने, तुसीं अज गाना भी डिफरेंट कीता, किन्नी मेहनत करनी पैंदी है थोनू? देखो कारण यह है जसपिंदर, एक गल तो बड़ी स्पष्ट हैगी आ कि लाइफ एक स्ट्रगल का नाम है जी। लाइफ इन्नी ईजी चीज़ नहीं हैगी, इहनू जीउण दे लई थोनू आनंदता की लोड़ हैगी आ। ते मैं आपदी जिंदगी बहुत आनंद नाल जीउना, आपदे मजे नाल जीउना, ते मैं जिंदगी उस तरह जीउना कि मैं लोकां च रह के आपदे उस पंजाब दे कैनवस दे विच रह के आपदा लाइफ बतीत करा, अच्छा बतीत करा, ते कुछ आपदी मां बोली ली, कुछ अपने पंजाबी कल्चर ली, कुछ लिटिल बिट योगदान जरूर पा सका। ते बहुत वधिया लग रहे सी गल्ला करदे करदे, टाइम किदा लंघ गया मैनू पता ही नहीं लगा। तुसी साडे शो दे विच आए, इन्नी सोहणी गल्ला कीतियां, बहुत बहुत धन्नवाद। थैंक यू वेरी मच, बहुत बहुत मेहरबानी, बहुत बहुत शुक्रिया। थैंक यू सर, थैंक यू जी, थैंक यू। ये सी जी बड़ी प्यारी जी खास जी मुलाकात सुपरस्टार पम्मी बाई जी दे नाल। दोस्तों हुण असीं पता किथे जाणा, मैं वादा किया सी ना मैं थोनू लैके चलांगी कसौली। जी हाँ, हुण असीं जाणा कसौली जिथे खुशवंत सिंह लिटरेचर फैसटिवल बड़े जोरों शोरों नाल मनाया गया जी। तीन दिन चले इस फैसटिवल दे विच शत्रुघ्न सिन्हा, दिव्या दत्ता ते शोभा डे ने हिस्सा लिया। चलो थोड़ियां गल्लां करांगी मैं थोनू, सीधा लैके चलदी इस फैसटिवल। Third time to the Kasauli Lit Fest. It's a very special Lit Fest because it's named after a writer. And it's the only Lit Fest in the world which honors a writer, Khushwant Singh ji. I was here for the first year, second year I missed it, and I'm back again. It's a fantastic festival because it attracts writers, thinkers from all walks of life, and some important issues are discussed here in a very free and wonderful way. ਖੁਸ਼ਵੰਤ ਜੀ ਨਾਲ ਮੁਲਾਕਾਤ ਹੋਈ ਟ੍ਰੇਨ ਟੂ ਪਾਕਿਸਤਾਨ ਦੇ ਦੌਰਾਨ, ਕਿਉਂਕਿ ਉਹਨਾਂ ਦੀ ਕਹਾਣੀ 'ਤੇ ਆਧਾਰਿਤ ਫਿਲਮ ਸੀ, ਅਤੇ ਉਸ ਦੌਰਾਨ ਹੀ ਉਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ, ਉਹਨਾਂ ਨਾਲ ਵਕਤ ਬਿਤਾਉਣ ਦਾ ਮੌਕਾ ਮਿਲਿਆ, ਉਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ, ਔਰ ਬਹੁਤ ਹੌਸਲਾ ਅਫਜ਼ਾਈ ਕਰਦੇ ਸੀ, ਬਹੁਤ ਇੰਟਰਸਟਿੰਗ ਪਰਸਨੈਲਿਟੀ ਸੀਗੀ, ਅਤੇ ਪਹਿਲੀ ਵਾਰ ਉਹਨਾਂ ਦੇ ਇਸ ਲਿਟ ਫੈਸਟ 'ਤੇ ਆਉਣ ਦਾ ਮੌਕਾ ਮਿਲਿਆ, ਆਪਣੀ ਕਿਤਾਬ ਲੈ ਕੇ ਆਉਣ ਦਾ ਅਤੇ ਪੈਨਲ 'ਤੇ ਆਉਣ ਦਾ। ਸੋ ਇਟ ਫੀਲਸ ਗ੍ਰੇਟ ਟੂ ਜਸਟ ਬੀ। ਕਿਤਨੀ ਯਾਦਾਂ ਥੀਂ, ਕਿਤਨਾ ਬੜੀਆ ਲੱਗਤਾ ਥਾ, ਉਨਕਾ ਆਸ਼ੀਰਵਾਦ ਮਿਲਤਾ ਥਾ, ਉਨਕਾ ਅਫੈਕਸ਼ਨ, ਉਨਕਾ ਲਵ। ਖੁਸ਼ਵੰਤ ਸਿੰਘ, ਲੇਟ ਐਂਡ ਗ੍ਰੇਟ ਖੁਸ਼ਵੰਤ ਸਿੰਘ, ਉਹ ਤੋਂ ਉਸਕਾ ਜਿਤਨੀ ਮੁਲਾਕਾਤ ਸੀ, ਜਿਤਨਾ ਉਹਨਾਂ ਨੇ ਸਪੋਰਟ ਕੀਆ, ਪਹਿਲੀ ਵਾਰ ਇਲਸਟ੍ਰੇਟਿਵ ਵੀਕਲੀ ਮੈਂ ਮੁਝਸੇ ਫਰੰਟ ਪੇਜ ਆਰਟੀਕਲ ਲਿਖਵਾਇਆ ਉਹਨਾਂ ਨੇ, ਤੋ ਮੈਂ ਉਨਕਾ ਬਹੁਤ, ਉਨਕੇ ਪਰਿਵਾਰ ਕਾ ਬਹੁਤ ਬੜਾ ਐਡਮਾਇਰ ਹੂੰ, ਸਪੋਰਟਰ ਹੂੰ, ਵੈਲਵਿਸ਼ਰ ਹੂੰ, ਔਰ ਆਜ ਆਇਆ ਯਹਾਂ ਪੇ ਤੋ ਬਹੁਤ ਅੱਛਾ ਲਗਾ। ਖੁਸ਼ਵੰਤ ਸਿੰਘ ਲਿਟਰੇਚਰ ਫੈਸਟੀਵਲ ਤੋਂ ਬਾਅਦ ਹੁਣ ਵੇਲਾ ਹੋ ਗਿਆ ਜੀ ਗੋਲਡਨ ਸਟਾਰ ਮਲਕੀਤ ਸਿੰਘ ਜੀ ਦੇ ਅਪਕਮਿੰਗ ਸੌਂਗ ਭੁੱਲੀ ਜਾਂਦੇ ਵਿਰਸਾ ਪੰਜਾਬ ਦਾ ਦੇ ਔਨ ਲੋਕੇਸ਼ਨ ਸ਼ੂਟ 'ਤੇ ਜਾਣ ਦਾ। ਜੀ ਹਾਂ, ਦੇਖੋ ਹੁਣ ਵੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਅਸੀਂ ਸਿੱਧਾ ਜਾਵਾਂਗੇ ਔਨ ਲੋਕੇਸ਼ਨ ਸ਼ੂਟ 'ਤੇ ਅਤੇ ਲਵਾਂਗੇ ਫੁੱਲ ਨਜ਼ਾਰੇ ਉੱਥੋਂ ਦੇ। 10 ਸਾਲ ਅਸੀਂ ਜਿੰਨੇ ਗੀਤ ਰਿਲੀਜ਼ ਕੀਤੇ ਆ, ਪਹਿਲੋਂ ਮਾਂ ਵਾਲਾ ਗੀਤ ਸੀਗਾ, ਉਹ ਤੋਂ ਸਾਡੇ ਵਾਲਾ ਟਾਈਮ ਚੰਗਾ ਹੁੰਦਾ ਸੀ, ਅਤੇ ਹੁਣ ਇਹ ਨਵਾਂ ਗੀਤ ਅਸੀਂ ਸ਼ੂਟ ਕਰ ਰਹੇ ਹਾਂ, ਭੁੱਲੀ ਜਾਂਦੇ ਵਿਰਸਾ ਪੰਜਾਬ ਦਾ, ਜੰਮੇ ਜਾਏ ਰੰਗਲੇ ਪੰਜਾਬ ਦੇ। ਸਾਡੇ ਪੰਜਾਬ ਦੇ ਜਦੋਂ ਬਾਹਰ ਅਸੀਂ ਬੈਠੇ ਹਾਂ ਤਾਂ ਸਾਨੂੰ ਬੜੀ ਚਿੰਤਾ ਰਹਿੰਦੀ ਆ ਪੰਜਾਬ ਦੀ, ਕਿ ਇੱਥੋਂ ਦਾ ਕਲਚਰ ਜਿਹੜਾ ਆ, ਇੱਥੋਂ ਦੀਆਂ ਜਿਹੜੀਆਂ ਗੱਲਾਂ ਬਾਤਾਂ, ਉਹ ਹੁਣ ਬਹੁਤ ਸਾਰੀਆਂ ਅਲੋਪ ਹੁੰਦੀਆਂ ਜਾ ਰਹੀਆਂ, ਸਪੀਕਰਾਂ 'ਤੇ ਰੇਡੀਓ ਜਿਹੜੇ ਬਨੇਰਿਆਂ 'ਤੇ ਰੱਖ ਕੇ ਸਪੀਕਰ ਲੱਗਣੇ, ਐਂਡ ਪੈਲਸਾਂ ਦੇ ਵਿੱਚੋਂ ਹੀ ਕਹਿੰਦੇ ਜੇ ਮਾਮੇ ਚਾਚੇ ਪੈਲਸਾਂ 'ਚੋਂ ਮੁੜ ਜਾਂਦੇ ਨੇ, ਪੈਗ ਲਾ ਕੇ ਚਾਰ ਉੱਥੋਂ ਹੀ ਸ਼ਰਾਬ ਦੇ, ਭੁੱਲੀ ਜਾਂਦੇ ਵਿਰਸਾ ਪੰਜਾਬ ਦਾ, ਜੰਮੇ ਜਾਏ ਰੰਗਲੇ ਪੰਜਾਬ ਦੇ। ਸੋ ਕਲਚਰ ਦੀਆਂ ਗੱਲਾਂ ਅਸੀਂ ਦਿਖਾਲਣੀਆਂ ਸੀਗੀਆਂ, ਸੋ ਦੈਟਸ ਵਾਈ ਮੈਂ ਲੰਡਨ ਤੋਂ ਚੱਲ ਕੇ ਇਸ ਪਿੰਡ ਪੰਡੋਰੀ ਖਾਸ ਦੇ ਵਿੱਚ ਆਣ ਕੇ ਪਿੰਡ ਦਾ ਮਾਹੌਲ ਸ਼ੂਟ ਕਰਨ ਲਈ। ਕਰਤਾਰਪੁਰ ਦੇ ਨੇੜੇ ਇੱਕ ਵਾਰੀ ਪਿੰਡ ਸੀਗਾ, ਮੈਂ ਤਾਂ ਮਾਣਕ ਸਾਹਿਬ ਦਾ ਸੀ, ਇਕੱਠਿਆਂ ਗਾਇਆ, ਅਤੇ ਉਹ ਇਹ ਮੈਨੂੰ ਉਹ ਐਨ ਪ੍ਰੋਪਰ ਯਾਦ ਆ ਗਈ ਕਿ ਇੱਦਾਂ ਹੀ ਅਸੀਂ ਗੱਡੇ 'ਤੇ ਸਟੇਜ ਲੱਗੀ ਸੀਗੀ ਅਤੇ ਟੇਬਲ ਦੇ ਉੱਤੇ ਬਾਜਾ ਰੱਖਿਆ ਸੀ, ਔਰ ਬਾਜਾ ਵੀ ਉਹ ਨੀਵਾਂ ਹੁੰਦਾ ਸੀ, ਤਾਂ ਅਸੀਂ ਥੱਲੇ 4 ਇੱਟਾਂ ਰੱਖ ਕੇ ਉੱਤੇ ਬਾਜੇ 'ਤੇ ਰੱਖੀਆਂ ਸੀ, ਅਤੇ ਇੱਦਾਂ ਹੀ ਗਾਉਂਦੇ ਸੀ, ਇੱਕ ਹੀ ਮਾਈਕ ਹੁੰਦਾ ਸੀ ਉਦੋਂ,
ਤੇ ਇਸੇ ਤਰ੍ਹਾਂ ਹੀ ਇੱਕ ਘੜਾ ਤੇ ਜਾਂ ਇੱਕ ਮਤਲਬ ਹਾਰਮੋਨੀਅਮ ਹੁੰਦਾ ਸੀਗਾ ਬਹੁਤ ਥੋੜੇ ਸਾਜ਼ਾਂ ਨਾਲ, ਬਿਕੋਜ਼ ਉਦੋਂ ਲੋਕ ਸੁਣਦੇ ਹੁੰਦੇ ਸੀ, ਉਦੋਂ ਗੱਲਬਾਤ ਵਧੀਆ ਹੁੰਦੀ ਸੀ। ਕਹਿੰਦਾ ਪਤਾ ਨਹੀਂ ਕਿੱਥੋਂ ਪੰਜਾਬੀਆਂ ਨੂੰ ਪੈ ਗਿਆ ਪੁੱਸ ਨਵੇਂ ਢੰਗ ਨਾਲ ਖੁਸ਼ੀਆਂ ਮਨਾਉਣ ਦਾ। ਉਹ ਤੂਤਕ 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 ਤੂਤੀਆਂ, ਤੂਤਕ 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 ਤੂਤੀਆਂ, ਓਏ ਆ ਜਾ ਤੂਤਾਂ ਵਾਲੇ ਖੂਹ ਤੇ, ਓਏ ਉੱਥੇ ਗੱਲਾਂ ਕਰੀਏ ਮੂੰਹ ਤੇ, ਤੇਰਾ ਮੱਥਾ ਬੜਾ ਸੋਹਣਾ, ਓਏ ਉੱਤੇ ਟਿੱਕਾ ਮਨ ਮੋਣਾ, ਓ ਨੈਣੀ ਕਜਲੇ ਦੀ ਤਾਰਨੀ, ਕਾਰੇ ਦਿਲ ਉੱਤੇ ਵਾਰਨੀ, ਓ ਤੂਤਕ 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 ਤੂਤੀਆਂ। ਕਿੰਨਾ ਮਜ਼ਾ ਆਇਆ ਨਾ ਔਨ ਲੋਕੇਸ਼ਨ ਸ਼ੂਟ 'ਤੇ। ਮੈਂ ਕਿਹਾ ਜੀ ਗਾਣਾ ਵੀ ਕਮਾਲ ਹੋਣ ਵਾਲਾ, ਚਲੋ ਅਸੀਂ ਵੇਟ ਕਰਦੇ ਹਾਂ ਗਾਣੇ ਦੀ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਦਿੱਲੀ ਵਿੱਚ ਹੋਏ ਮਿਸਿਸ ਅਰਥ ਕੰਪੀਟੀਸ਼ਨ 'ਤੇ। ਜੀ ਹਾਂ, ਲੈਟਸ ਹੈਵ ਅ ਲੁੱਕ। ਵੀਕ ਦੇ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਬਹੁਤ ਥਾਵਾਂ 'ਤੇ ਘੁੰਮ ਲਿਆ। ਦੇਖੋ ਮੈਂ ਤਾਂ ਗਈ ਥੱਕ, ਮੈਨੂੰ ਦਿਓ ਇਜਾਜ਼ਤ ਬਾਏ ਬਾਏ ਟਾਟਾ ਕਰਨ ਦੀ। ਬਿਲਕੁਲ ਜੀ, ਹੁਣ ਵੇਲਾ ਹੋ ਗਿਆ ਮੇਰੀ ਜਾਣ ਦਾ। ਪਰ ਤੁਹਾਨੂੰ ਇਹ ਐਪੀਸੋਡ ਕਿੱਦਾਂ ਦਾ ਲੱਗਿਆ ਆਪਣੀ ਫੀਡਬੈਕ ਦੇਣਾ ਨਾ ਭੁੱਲਿਓ। ਮੇਰੇ ਵੱਲੋਂ ਯਾਨੀ ਕਿ ਜਸਪਿੰਦਰ ਚੀਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।